स्वागत। ਗੱਲਾਂ ਤੇ ਗੀਤ ਪ੍ਰੋਗਰਾਮ ਦੇ ਵਿੱਚ ਤੁਹਾਡਾ ਨਿੱਘਾ ਜੀ ਆਇਆਂ ਜੀ। ਮੈਂ ਹਾਂ ਵਰੁਣ ਕੌਰ ਮਾਨ। ਅਤੇ ਮੈਂ ਹਾਂ ਚਰਨਜੀਤ ਜੋਗੀ। ਔਰ ਵਰੁਣ ਕੌਰ ਮਾਨ ਜੀ, ਕਹਿੰਦੇ ਨੇ ਕਿ ਸੇਵਾ ਦੇਸ਼ ਦੀ ਜਿੰਦੜੀ ਹੈ, ਬੜੀ ਔਖੀ ਗੱਲਾਂ ਕਰਨੀਆਂ, ਢੇਰ ਸੁਖੱਲੀਆਂ ਨੇ, ਜਿਹਨਾਂ ਦੇਸ਼ ਸੇਵਾ ਦੇ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ, ਪਰ ਦੇਸ਼ ਸੇਵਾ ਦਾ ਜੇਕਰ ਜਜ਼ਬਾ ਸਾਡੇ ਦਿਲ ਦੇ ਵਿੱਚ ਵੱਸ ਜਾਵੇ ਨਾ, ਤਾਂ ਫਿਰ ਤਾਂ ਕਿਆ ਹੀ ਬਾਤਾਂ। ਕਿਆ ਹੀ ਬਾਤਾਂ ਤਾਂ ਆ ਜੋਗੀਆਂ, ਜੇ ਹੈ ਨਾ ਇਹ ਦੇਸ਼ ਭਗਤੀ ਸਿਰਫ 15 ਅਗਸਤ ਤੇ 26 ਜਨਵਰੀ ਦੇ ਲਾਗੇ ਛਾਗੇ ਹੀ ਨਾ ਜਾਗੇ, ਬਿਲਕੁਲ ਸਹੀ, ਪਿੱਛੇ 24 ਘੰਟੇ ਜਾਗੇ। ਹਾਂ, ਜਿਵੇਂ ਸਾਡੇ ਸਰੀਰ ਦੇ ਵਿੱਚ ਖੂਨ ਦੌੜਦਾ ਰਹਿੰਦਾ ਨਾ ਹਰ ਪਲ ਹਰ ਘੜੀ, ਔਰ ਕਦੇ ਵੀ ਜਦੋਂ ਕਿਤੇ ਇਹ ਖੂਨ ਦੀ ਰਫਤਾਰ ਘੱਟ ਹੋ ਜਾਵੇ ਤਾਂ ਬੰਦਾ ਬਿਮਾਰ ਹੋ ਜਾਂਦਾ। ਇਸੇ ਤਰ੍ਹਾਂ ਹੀ ਸਾਡੇ ਖੂਨ ਦੇ ਅੰਦਰ ਇਹ ਦੇਸ਼ ਭਗਤੀ ਦੀ ਭਾਵਨਾ, ਮੈਂ ਕਿਹਾ ਜੀ 365 ਦੇ ਨਹੀਂ ਘੁੰਮਦੀ ਰਹਿਣੀ ਚਾਹੀਦੀ ਬੜੀ ਤੇਜ਼ੀ ਦੇ ਨਾਲ, ਤਾਂ ਹੀ ਤਾਂ ਫਿਰ ਸਾਡੇ ਦੇਸ਼ ਦਾ ਜਿਹੜਾ ਨਾ ਬੱਚਾ ਬੱਚਾ ਆ ਉਹ ਆਪਣੇ ਇਸ ਦੇਸ਼ ਦੇ ਲਈ ਹਮੇਸ਼ਾ ਹਰ ਪਲ ਹਰ ਘੜੀ ਹਰ ਲਮਹਾ ਕੁਰਬਾਨ ਹੋਣ ਦੇ ਲਈ ਤਿਆਰ ਰਹੇਗਾ, ਔਰ ਸਾਡਾ ਦੇਸ਼ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰੂਗਾ। ਨਾਲ ਦੇ ਨਾਲ ਮੈਂ ਇਹ ਗੱਲ ਕਹਿੰਦੀ ਹਾਂ ਕਿ ਦੇਖੋ, ਰੱਬ ਨੇ ਦੋ ਪਾਸੇ ਸਾਹ ਲੈਣ ਨੂੰ ਥਾਂ ਬਣਾਈ ਨਾ, ਅਸੀਂ ਹਰ ਸਵਾਸ ਦੇ ਨਾਲ ਰੱਬ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜੇ ਇੱਕ ਪਾਸਾ ਜੇ ਅਸੀਂ ਫੌਜੀਆਂ ਦੇ ਨਾਮ ਕਰ ਦਈਏ ਨਾ, ਤੇ ਬਰਾਬਰ ਬਟਾਰਾ ਹੋ ਜਾਊਗਾ ਰੱਬ ਦਾ ਤੇ ਫੌਜੀਆਂ ਦਾ ਤੇ ਦੇਸ਼ ਭਗਤੀ ਦਾ। ਤੇ ਦੇਸ਼ ਭਗਤੀ ਦੇ ਨਾਲ ਜੁੜਿਆ ਹੋਇਆ ਹੈ ਸਾਡਾ ਅੱਜ ਦਾ ਵਿਸ਼ਾ। ਤੁਸੀਂ ਸਾਡਾ ਅੱਜ ਦਾ ਵਿਸ਼ਾ ਨੋਟ ਕਰੋ ਤੇ ਉਸ ਵਿਸ਼ੇ ਦੇ ਨਾਲ ਗੱਲਬਾਤ ਕਰੋ ਸਾਡੇ ਨਾਲ। ਸਾਡਾ ਅੱਜ ਦਾ ਵਿਸ਼ਾ ਨੌਜਵਾਨਾਂ ਵਿੱਚ ਦੇਸ਼ ਭਗਤੀ ਦੀ ਭਾਵਨਾ। ਸਾਡੇ ਫੋਨ ਨੰਬਰ ਨੇ 01-2841-4164, 01-2841-4164। ਇਹਨਾਂ ਫੋਨ ਨੰਬਰਾਂ ਦੇ ਜ਼ਰੀਏ ਤੁਸੀਂ ਸਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ। ਬਿਲਕੁਲ ਜੀ, ਔਰ ਇਹ ਦੋ ਲਾਈਨਾਂ ਤੁਹਾਡੇ ਵਾਸਤੇ ਖੁੱਲ੍ਹੀਆਂ ਨੇ, ਔਰ ਜਦੋਂ ਵੀ ਸਾਡੇ ਨਾਲ ਕੋਈ ਗੱਲਬਾਤ ਕਰਨੀ ਹੋਵੇ, ਕੋਈ ਸਵਾਲ ਸਾਂਝਾ ਕਰਨਾ ਹੋਵੇ, ਤਾਂ ਆਪਣੇ ਟੀਵੀ ਸੈੱਟ ਦੀ ਆਵਾਜ਼ ਨੂੰ ਬਿਲਕੁਲ ਘੱਟ ਕਰਕੇ, ਮੱਧਮ ਕਰਕੇ ਸਾਡੇ ਨਾਲ ਗੱਲਬਾਤ ਕਰਿਓ। ਦੇਸ਼ ਭਗਤੀ ਦੀ ਭਾਵਨਾ, ਉਹ ਵੀ ਨੌਜਵਾਨਾਂ ਦੇ ਲਈ, ਸੱਚੀ ਮੁੱਚੀ ਇੱਕ ਬਹੁਤ ਵੱਡਾ ਇੱਕ ਵਿਸ਼ਾ ਲੈ ਕੇ ਅਸੀਂ ਅੱਜ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਆਏ ਹਾਂ, ਗੱਲਾਂ ਅਤੇ ਗੀਤ ਵਿੱਚ। ਔਰ ਅੱਜ ਸਾਡੇ ਨਾਲ ਇਸ ਮਹੱਤਵਪੂਰਨ ਵਿਸ਼ੇ ਦੇ ਉੱਪਰ ਉਸ ਸ਼ਖਸ ਨੂੰ ਅਸੀਂ ਬੁਲਾਇਆ ਕਿ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਬੇਸ਼ਕੀਮਤੀ ਸਾਲ ਜਿਹੜੇ ਆ ਉਹ ਦੇਸ਼ ਦੇ ਲੇਖੇ ਲਾਏ, ਔਰ ਦੇਸ਼ ਨੇ ਵੀ ਉਹਨਾਂ ਨੂੰ ਬਹੁਤ ਕੁਝ ਦਿੱਤਾ ਹੈ। ਉਹਨਾਂ ਦੇ ਮੋਢੇ 'ਤੇ ਜਿੱਥੇ ਤਾਰਿਆਂ ਦੀ ਗਿਣਤੀ ਵਧੀ ਹੈ, ਉੱਥੇ ਹੀ ਉਹਨਾਂ ਨੂੰ ਵਿਸ਼ਿਸ਼ਟ ਸੇਵਾ ਮੈਡਲ ਵੀ ਦਿੱਤਾ ਹੈ। ਔਰ ਉਹ ਨੇ ਜੀ ਸਾਡੇ ਅੱਜ ਦੇ ਮਹਿਮਾਨ ਮੇਜਰ ਜਨਰਲ ਸਰਬਜੀਤ ਸਿੰਘ ਪਵਾਰ ਜੀ, ਔਰ ਇਹ ਆਪਣੀਆਂ ਸੇਵਾਵਾਂ ਜਿਹੜੀਆਂ ਵਾਈਸ ਚਾਂਸਲਰ ਵਜੋਂ ਕੌਮੀ ਫਿਜ਼ੀਕਲ ਯੂਨੀਵਰਸਿਟੀ ਗਵਾਲੀਅਰ ਵਿਖੇ ਵੀ ਨਿਭਾ ਚੁੱਕੇ ਨੇ, ਔਰ ਅੱਜ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਨੇ। ਸਭ ਤੋਂ ਪਹਿਲਾਂ ਤਾਂ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਕਰਦੇ ਹਾਂ। ਜੈ ਹਿੰਦ ਜੀ। ਦੇਸ਼ ਭਗਤੀ ਜਾਗ ਗਈ ਤੁਹਾਨੂੰ ਦੇਖ ਕੇ। ਕਦੇ ਕਦੇ ਲੱਗਦਾ ਹੁੰਦਾ ਨਾ ਜੋਗੀ ਕਿ ਦੇਸ਼ ਭਗਤੀ ਹੈ ਕਿ ਅੱਛਾ ਦੇਸ਼ ਨੂੰ ਪਿਆਰ ਕਰਨਾ, ਤੇ ਮਤਲਬ ਜਦੋਂ 15 ਅਗਸਤ ਆਉਣੀ, ਝੰਡੇ ਲੈ ਕੇ ਘੁੰਮਣਾ, 26 ਜਨਵਰੀ ਆਉਣੀ, ਤੇ ਆਪਣੀ ਗੱਡੀ ਦੇ ਉੱਤੇ ਵੀ ਕਦੇ ਕਦੇ ਆਪਾਂ, ਵੈਸੇ ਤਾਂ ਅੱਜ ਕੱਲ੍ਹ ਵਿਦੇਸ਼ਾਂ ਦੇ ਝੰਡੇ ਲਾ ਕੇ ਖੁਸ਼ ਹੋਣ ਲੱਗ ਪਏ ਹਾਂ, ਤੇ ਜੇ ਕਿਸੇ ਨੇ ਇੰਡੀਆ ਦਾ ਝੰਡਾ ਲਾਇਆ ਹੋਵੇ ਫੇਰ ਸਾਨੂੰ ਲੱਗਦਾ ਵੀ ਬੜੀ ਦੇਸ਼ ਭਗਤੀ ਉਹਦੇ ਅੰਦਰ। ਜੇ ਮੈਂ ਤੁਹਾਡੀ ਗੱਲ ਕਰਾਂ, ਤੁਸੀਂ ਕਿੱਦਾਂ ਦੇਖਦੇ ਹੋ ਦੇਸ਼ ਭਗਤੀ ਨੂੰ? ਮੈਂ ਦੇਸ਼ ਭਗਤੀ ਨੂੰ ਇੱਦਾਂ ਦੇਖਦਾ ਕਿ ਬਾਰਡਰ ਦੇ ਉੱਤੇ ਖੜੇ ਹੋ ਕੇ ਜੀ ਜਿਹੜੇ ਗਾਰਡ ਕਰਦੇ ਹੈਗੇ ਆ, ਕਿ ਸਿਰਫ ਉਹੀ ਦੇਸ਼ ਭਗਤੀ ਆ, ਜਾਂ ਝੰਡੇ ਹਿਲਾਉਣੇ ਜਿੱਦਾਂ ਤੁਸੀਂ ਕਹਿੰਦੇ ਹੋ, ਜਾਂ ਨੈਸ਼ਨਲ ਐਂਥਮ ਖੜੇ ਹੋ ਜਾਣਾ, ਸਿਰਫ ਇਹੀ ਦੇਸ਼ ਭਗਤੀ ਹੈ ਜੀ? ਇਹ ਬਹੁਤ ਜ਼ਰੂਰੀ ਹਿੱਸੇ ਹੈਗੇ ਆ ਦੇਸ਼ ਬਿਲਕੁਲ, ਪਰ ਇਹਤੋਂ ਇਲਾਵਾ ਵੀ ਹਰ ਇੱਕ ਨਾਗਰਿਕ ਜਿਹੜਾ ਹੈਗਾ, ਹਰ ਇੱਕ ਸਿਟੀਜ਼ਨ ਜਿਹੜਾ ਹੈਗਾ, ਬੱਚੇ ਤੋਂ ਲੈ ਕੇ, ਉਹ ਇਸ ਦੇਸ਼ ਭਗਤੀ ਦੇ ਵਿੱਚ ਕੰਟਰੀਬਿਊਟ ਕਰ ਸਕਦਾ। ਜਿੱਦਾਂ ਕਿ ਤੁਸੀਂ ਜੇ ਆਪਣਾ ਆਲਾ ਦੁਆਲਾ ਦੇਖਦੇ ਹਾਂ, ਆਪਣਾ ਨੇਚਰ ਨੂੰ ਖਿਆਲ ਕਰਦੇ ਹਾਂ ਜੀ, ਤੁਸੀਂ ਆਪਣੀ ਸਾਫ਼ ਸਫਾਈ ਰੱਖਦੇ ਹਾਂ, ਆਪਣੇ ਨੇਬਰਸ ਜਿਹੜੇ ਗੁਆਂਢੀ ਹੈਗੇ ਆ ਉਹਨਾਂ ਦਾ ਤੁਸੀਂ ਖਿਆਲ ਰੱਖਦੇ ਹਾਂ, ਕੋਈ ਓਲਡ ਏਜ ਓਲਡ ਲੋਕ ਹੈਗੇ ਆ ਉਹਨਾਂ ਦਾ ਤੁਸੀਂ ਖਿਆਲ ਰੱਖਦੇ ਹਾਂ, ਤੁਸੀਂ ਜੋ ਵੀ ਕੰਟਰੀਬਿਊਟ ਕਰ ਸਕਦੇ ਹਾਂ, ਜਿੱਦਾਂ ਹੁਣ ਕੋਈ ਕਰਪਸ਼ਨ ਦੇਣੀ ਜੀ, ਤਾਂ ਆਪਾਂ ਕਹਿੰਦੇ ਆਪਣਾ ਕੰਮ ਹੋ ਜਾਵੇ ਵੀ ਮੈਂ ਪੈਸਾ ਦੇ ਦਿੰਦਾ, ਬਾਕੀ ਉਹ ਕਰਪਸ਼ਨ ਨਾ ਕਰੇ ਜੀ ਜੀ, ਇਹ ਸਭ ਕੁਛ ਕੰਟਰੀਬਿਊਟ ਕਰਦਾ ਆ ਦੇਸ਼ ਭਗਤੀ ਵੱਲ। ਅਤੇ ਦੇਸ਼ ਭਗਤੀ ਮੈਂ ਹਮੇਸ਼ਾ ਕਹਿੰਦਾ ਕਿ ਇੱਕ ਤਰਫਾ ਪਿਆਰ ਆ ਜੀ, ਵਨ ਸਾਈਡਡ ਲਵ ਤੁਹਾਡਾ ਦੇਸ਼ ਦੇ ਨਾਲ, ਅਤੇ ਤੁਸੀਂ ਇਹ ਐਕਸਪੈਕਟ ਨਾ ਕਰੋ ਵੀ ਤੁਹਾਨੂੰ ਦੇਸ਼ ਵੱਲੋਂ ਕੁਛ ਵਾਪਸ ਮਿਲੂਗਾ। ਇਹ ਬੇਸਿਕਲੀ ਆਹ ਦੇਸ਼ ਭਗਤੀ ਹੈਗੀ ਆ, ਇਹ 'ਚ ਸਾਰੇ ਕੰਟਰੀਬਿਊਟ ਕਰ ਸਕਦੇ ਆ, ਸਿਰਫ ਫੌਜੀ ਨਹੀਂ ਜਾਂ ਸਿਰਫ ਗਵਰਨਮੈਂਟ ਜਾਂ ਪੋਲੀਟੀਸ਼ੀਅਨ ਨਹੀਂ, ਸਾਰੇ ਕੰਟਰੀਬਿਊਟ ਕਰ ਸਕਦੇ ਆ। ਕਣ ਕਣ ਦੇ ਨਾਲ ਪਿਆਰ ਹੋਣਾ ਚਾਹੀਦਾ, ਕਣ ਕਣ ਦੇ ਲਈ ਇੱਜ਼ਤ ਹੋਣੀ ਚਾਹੀਦੀ, ਆਪਣੇ ਰਵੱਈਏ ਦੇ ਵਿੱਚ ਵਤੀਰਾ ਦੇਸ਼ ਭਗਤੀ ਹੋ ਸਕਦੀ ਹੈ। ਬਿਲਕੁਲ ਜੀ, ਔਰ ਜਿਵੇਂ ਇਹਨਾਂ ਨੇ ਇੱਕ ਬੜੀ ਖੂਬਸੂਰਤ ਗੱਲ ਕਹੀ ਕਿ ਇਹ ਇੱਕ ਤਰਫਾ ਪਿਆਰ ਹੈ, ਇੱਕ ਤਰਫੀ ਮੁਹੱਬਤ ਹੈ, ਸਾਡੇ ਪਵਿੱਤਰ ਗ੍ਰੰਥ ਵੀ ਸਾਨੂੰ ਇਹੀ ਸਿੱਖਿਆਵਾਂ ਦਿੰਦੇ ਨੇ ਕਿ ਤੁਸੀਂ ਆਪਣੇ ਕਰਮ ਕਰਦੇ ਜਾਓ, ਫਲ ਦੀ ਇੱਛਾ ਨਾ ਕਰੋ। ਬਿਲਕੁਲ, ਉਹੀ ਅਸਲ ਵਿੱਚ ਦੇਸ਼ ਭਗਤੀ ਹੈ। ਔਰ ਜੇਕਰ ਅਸੀਂ ਇਹ ਜਜ਼ਬਾ ਜਿਹੜਾ ਅਸੀਂ ਭਰਨਾ ਹੈ ਆਪਣੇ ਬੱਚਿਆਂ ਦੇ ਵਿੱਚ, ਨੌਜਵਾਨਾਂ ਦੇ ਵਿੱਚ, ਤਾਂ ਅਸੀਂ ਉਹਦੇ ਵਾਸਤੇ ਕੀ ਕਰ ਸਕਦੇ ਹਾਂ?
देखो जी इदा आ कि पहला सानू ये देखना चाहिए है भी रिस्पोंसिबिलिटीज़ केदियां है इस जज्बे नू भरन लई। मैं सारे तो पहली रिस्पोंसिबिलिटी पेरेंट्स नू देना माँ बाप नू जी। माँ बाप जिहड़े हैगे आ ਉਹ ਜੇ ਆਪਣੇ ਬੱਚਿਆਂ ਨੂੰ ਅੱਛੇ ਸੰਸਕਾਰ ਦੇਣਗੇ ਉਹਨਾਂ ਨੂੰ ਅੱਛੀਆਂ ਚੀਜ਼ਾਂ ਸਿਖਾਉਣਗੇ ਅਤੇ ਆਪਣੇ ਆਪ ਹੀ ਉਹ ਬੱਚੇ ਦੇ ਵਿੱਚ ਦੇਸ਼ ਭਗਤੀ ਦਾ ਜਿਹੜਾ ਕੰਟਰੀਬਿਊਸ਼ਨ ਸਟਾਰਟ ਹੋ ਜਾਏ ਜੀ ਜੀ। ਦੂਸਰਾ ਹੈਗਾ ਵੀ ਉਹਨੂੰ ਤੁਸੀਂ ਆਪਣੇ ਬੱਚੇ ਨੂੰ ਇੱਕ ਡਿਸਿਪਲਿਨ ਲਾਈਫ ਦੇ ਵਿੱਚ ਰੱਖਣ ਦੀ ਕੋਸ਼ਿਸ਼ ਕਰੋ ਜੀ। ਅੱਜ ਕੱਲ੍ਹ ਕੀ ਹੈਗਾ ਕਿ ਬੱਚੇ ਨੇ ਜੇ ਕੁਛ ਮੰਗਿਆ ਉਹ ਪੇਰੈਂਟਸ ਨੇ ਦੇਤਾ ਪੇਰੈਂਟ ਸੋਚਦੇ ਆ ਕਿ ਮੈਂ ਬਹੁਤ ਅੱਛਾ ਪੇਰੈਂਟ ਹੈਗਾ ਪਰ ਇਹ ਬਿਲਕੁਲ ਗਲਤ ਆ। ਬੱਚੇ ਨੂੰ ਹਰ ਇੱਕ ਚੀਜ਼ ਜਿਹੜੀ ਹੈਗੀ ਆ ਉਹ ਕਮਾਉਣੀ ਚਾਹੀਦੀ ਆ ਅਰਨ ਕਰਨੀ ਕਰੇ ਤਾਂ ਕਿ ਜੇ ਉਹ ਕੁਝ ਅੱਛਾ ਕੰਮ ਕਰੇ ਜੇ ਤੁਸੀਂ ਰਿਵਾਰਡ ਦੇਣਾ ਚਾਹੁੰਦੇ ਹਾਂ ਤਾਂ ਰਿਵਾਰਡ ਦਿਓ ਜੀ। ਪਰ ਉਹਨੂੰ ਜੋ ਚੀਜ਼ ਮੰਗਦਾ ਹੈ ਉਹਨੂੰ ਜੇ ਅੱਜ ਕੱਲ੍ਹ ਮੋਟਰਸਾਈਕਲ ਦੇ ਦਿਓ ਤਾਂ ਮੋਟਰਸਾਈਕਲ ਤੁਸੀਂ ਦੇ ਦਿੰਦੇ ਉਹਨੂੰ ਕੋਈ ਵੈਲਿਊ ਹੈ ਨਹੀਂ ਉਹਦੀ ਜੀ ਅਤੇ ਕੱਲ੍ਹ ਨੂੰ ਉਹਨੇ ਸਪੋਇਲ ਹੀ ਹੋਣਾ ਉਹਨੇ ਖਰਾਬ ਹੀ ਹੋਣਾ ਤਾਂ ਇਸ ਕਰਕੇ ਸਾਰਿਆਂ ਤੋਂ ਪਹਿਲੀ ਰਿਸਪੋਂਸੀਬਿਲਿਟੀ ਪੇਰੈਂਟਸ ਦੀ ਹੈਗੀ ਆ ਜਿਹੜੇ ਕਿ ਅਸੀਂ ਦੇਸ਼ ਭਗਤੀ ਅਸੀਂ ਜੇ ਆਪ ਦੇਸ਼ ਭਗਤ ਹੈਗੇ ਹਾਂ ਤਾਂ ਬੱਚਿਆਂ ਨੇ ਤੁਹਾਨੂੰ ਦੇਖ ਕੇ ਦੇਸ਼ ਭਗਤ ਬਣਨਾ ਸੁਣ ਕੇ ਨਹੀਂ ਜੀ। ਤੁਸੀਂ ਉਹਨਾਂ ਨੂੰ ਜਿੰਨਾ ਮਰਜ਼ੀ ਪੜ੍ਹਾਉਂਦੇ ਰਹੋ ਕਹੋ ਵੀ ਝੂਠ ਬੋਲਣਾ ਗਲਤ ਹੈ ਪਰ ਜੇ ਤੁਸੀਂ ਆਪ ਝੂਠ ਬੋਲੋਗੇ ਤਾਂ ਬੱਚਾ ਝੂਠ ਬੋਲਣਾ ਹੀ ਸਿੱਖੂਗਾ। ਦੂਸਰੀ ਰਿਸਪੋਂਸੀਬਿਲਿਟੀ ਮੈਂ ਜਿਹੜੀ ਸਮਝਦਾ ਉਹ ਹੈਗੀ ਆ ਸਕੂਲਸ ਦੀ ਜੀ। ਵੈਸੇ ਪੇਰੈਂਟਸ ਅੱਜ ਕੱਲ੍ਹ ਕਹਿੰਦੇ ਆ ਵੀ ਸਭ ਕੁਛ ਹੀ ਸਕੂਲ ਵਾਲੇ ਸਿਖਾ ਦੇਣ ਜੀ ਐਂਡ ਆਪਣੀ ਰਿਸਪੋਂਸੀਬਿਲਿਟੀ ਕਹਿੰਦੇ ਮੈਂ ਤਾਂ ਬਹੁਤ ਬਿਜ਼ੀ ਹਾਂ ਪਰ ਇਹ ਬਿਲਕੁਲ ਗਲਤ ਹੈ। ਸਕੂਲ ਦੀ ਰਿਸਪੋਂਸੀਬਿਲਿਟੀ ਨੰਬਰ 2 ਦਰਜੇ 'ਤੇ ਆਉਂਦੀ ਆ। ਪਹਿਲਾਂ ਤੁਸੀਂ ਬੱਚੇ ਨੂੰ ਸਿਖਾਓ ਫਿਰ ਉਦੋਂ ਬਾਅਦ ਸਕੂਲ ਦੀ ਰਿਸਪੋਂਸੀਬਿਲਿਟੀ। ਸਕੂਲ ਦੀ ਬਹੁਤ ਬੜੀ ਜ਼ਿੰਮੇਵਾਰੀ ਆ। ਜਦੋਂ ਸਾਡੇ ਛੋਟੇ ਬੱਚੇ ਸੀ ਅਸੀਂ ਉਹਨਾਂ ਨੂੰ ਕਹਿਣਾ ਬੇਟਾ ਆਹ ਇੱਦਾਂ ਹੁੰਦਾ ਉਹਨੇ ਕਹਿਣਾ ਨਹੀਂ ਮੇਰੀ ਟੀਚਰ ਨੇ ਕਿਹਾ ਸੀਗਾ ਇਹ ਇੱਦਾਂ ਨਹੀਂ ਇੱਦਾਂ ਹੁੰਦਾ। ਸੋ ਬਹੁਤ ਬੜਾ ਇੰਪੈਕਟ ਟੀਚਰਸ ਦਾ ਬੱਚਿਆਂ ਦੇ ਉੱਤੇ ਹੁੰਦਾ ਹੈ ਤਾਂ ਇਸ ਕਰਕੇ ਸੈਕਿੰਡ ਰਿਸਪੋਂਸੀਬਿਲਿਟੀ ਟੀਚਰਸ ਦੀ ਆ ਜਾਂਦੀ ਹੈ। ਬਿਲਕੁਲ ਜੀ ਤੁਸੀਂ ਜਿਵੇਂ ਸਕੂਲ ਦੀ ਜ਼ਿੰਮੇਵਾਰੀ ਤੈਅ ਕੀਤੀ ਹੈ ਨਾਲ ਦੀ ਨਾਲ ਮਾਪਿਆਂ ਦੀ ਵੀ ਕੀਤੀ ਹੈ। ਇੱਕ ਸਾਡੇ ਦਰਸ਼ਕ ਨੇ ਉਹ ਆਪਣਾ ਸਵਾਲ ਕਰਨਗੇ ਤੁਹਾਡੇ ਨਾਲ ਆਪਾਂ ਦੇਖਦੇ ਹਾਂ ਵੀ ਉਹ ਕੀ ਸਵਾਲ ਸਾਡੇ ਕੋਲ ਲੈ ਕੇ ਆਏ ਨੇ। ਹਾਂਜੀ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਿੰਘ ਜੀ ਸਵਾਗਤ ਹੈ। ਹਾਂਜੀ ਜੀ ਇਹ ਗੱਲ ਜੀ ਜਿਹੜੀ ਆਪਾਂ ਦੇਸ਼ ਵੀਰ ਦੇ ਆਪਾਂ ਅੱਜ ਆਪਾਂ ਦੋ ਵਿਸ਼ਾ ਚੁਣਿਆ ਜਿਹੜਾ ਜੀ ਆਪਣਾ ਸਵਾਲ ਜਾਰੀ ਰੱਖੋ ਜੀ। ਹਾਂਜੀ ਸਾਨੂੰ ਚਾਹੀਦਾ ਆਪਣੇ ਬੱਚਿਆਂ ਨੂੰ ਵੀ ਇਸ ਦੇਸ਼ ਭਗਤੀ ਦੇ ਨਾਲ ਜੋੜਨਾ ਚਾਹੀਦਾ ਉਹਨਾਂ ਨੂੰ ਦੱਸਣਾ ਚਾਹੀਦਾ ਕਿਵੇਂ ਸਾਡੇ ਦੇਸ਼ ਵੀਰਾਂ ਨੇ ਸਾਡੇ ਤੋਂ ਕੁਰਬਾਨੀ ਕੀਤੀਆਂ ਅਸੀਂ ਸ਼ਹੀਦ ਭਗਤ ਸਿੰਘ ਦਾ ਇਤਿਹਾਸ ਸੁਣਾਈਏ ਅਸੀਂ ਕਰਤਾਰ ਸਿੰਘ ਸਾਹਿਬਾ ਵਰਗਿਆਂ ਦਾ ਇਤਿਹਾਸ ਸੁਣਾਈਏ ਜੋ ਕਿ ਸਾਨੂੰ ਉਸ ਤੋਂ ਸੇਧ ਮਿਲੇ ਜੀ। ਠੀਕ ਹੈ ਜੀ ਅੱਜ ਅਸੀਂ ਉਸ ਇਤਿਹਾਸ ਤੋਂ ਅਸੀਂ ਦੂਰ ਹੋ ਰਹੇ ਹਾਂ ਸਾਡੇ ਤੋਂ ਉਹ ਇਤਿਹਾਸ ਬਹੁਤ ਦੂਰ ਹੋ ਰਿਹਾ ਮੇਰਾ ਇਹ ਵਿਚਾਰ ਹੈ ਜੀ। ਸ਼ੁਕਰੀਆ ਜੀ ਬਹੁਤ ਸ਼ੁਕਰੀਆ ਜੀ। ਬਹਾਦਰੀ ਦੀਆਂ ਕਹਾਣੀਆਂ ਬਹਾਦਰਾਂ ਦੀਆਂ ਕਹਾਣੀਆਂ ਦੇਸ਼ ਦੇ ਯੋਧਿਆਂ ਦੀਆਂ ਕਹਾਣੀਆਂ ਦੇ ਬਾਰੇ ਇਹਨਾਂ ਨੇ ਜ਼ਿਕਰ ਕੀਤਾ ਉਹਨਾਂ ਦੀਆਂ ਸਾਖੀਆਂ ਸੁਣਾਈਆਂ ਜਾਣ ਜੀਵਨ ਦੀਆਂ ਕਹਾਣੀਆਂ ਸੁਣਾਈਆਂ ਜਾਣ ਇਹਦੇ ਬਾਰੇ ਤੁਸੀਂ ਕੀ ਨਾਲ ਦੇ ਨਾਲ ਦੇਖੋ ਕਿ ਅੱਜ ਦੇ ਜੇ ਬੱਚਿਆਂ ਨੂੰ ਪੁੱਛੋ ਤਾਂ ਉਹਨਾਂ ਨੂੰ ਇਤਿਹਾਸ ਬਹੁਤ ਹੀ ਬੋਰਿੰਗ ਸਬਜੈਕਟ ਲੱਗਣ ਲੱਗ ਗਿਆ। ਬਿਲਕੁਲ ਇਹ ਇਹ ਬਹੁਤ ਅੱਛੀ ਚੀਜ਼ ਇਹਨਾਂ ਨੇ ਕਹੀ ਹੈਗੀ ਹੈ। ਸਾਨੂੰ ਜਦੋਂ ਅਸੀਂ ਆਰਮੀ 'ਚ ਗਏ ਹਾਂ ਸਾਨੂੰ ਵੀ ਜਿਹੜੀ ਮਿਲਟਰੀ ਹਿਸਟਰੀ ਹੈਗੀ ਆ ਉਹਦੇ ਉੱਤੇ ਬਹੁਤ ਜ਼ੋਰ ਦਿੱਤਾ ਜਾਂਦਾ ਜੀ ਤਾਂ ਕਿ ਅਸੀਂ ਜੋ ਉਹਦੇ ਨਾਲ ਅਸੀਂ ਮੋਟੀਵੇਟ ਹੋਈਏ ਜੀ ਉਹਦੇ 'ਚੋਂ ਜਿਹੜੀਆਂ ਅੱਛਾਈਆਂ ਸੀ ਉਹ ਚੱਕੀਏ ਤਾਂ ਜਿਹੜੀਆਂ ਬੁਰੀਆਂ ਸੀਗੀਆਂ ਪ੍ਰੋਬਲਮ ਸੀਗੇ ਉਹਨਾਂ ਤੋਂ ਅਸੀਂ ਗਾਹਾਂ ਸਿੱਖੀਏ ਅਤੇ ਇਹ ਬਹੁਤ ਇੰਪੋਰਟੈਂਟ ਚੀਜ਼ ਜਿਹੜੀ ਇਹਨਾਂ ਨੇ ਕਹੀ ਹੈਗੀ ਆ। ਪਰ ਉਸ ਚੀਜ਼ ਨੂੰ ਸਿਖਾਉਣ ਵਾਸਤੇ ਪਹਿਲਾਂ ਪੇਰੈਂਟਸ ਨੂੰ ਖੁਦ ਉਹਦੀ ਜਾਣਕਾਰੀ ਬਹੁਤ ਜ਼ਰੂਰੀ ਹੈ ਤਾਂ ਇਸ ਕਰਕੇ ਇਹ ਸਾਰੇ ਜੋ ਆਪਾਂ ਸਾਰੇ ਮਿਲ ਕੇ ਇਸ ਚੀਜ਼ ਨੂੰ ਇਹਦੇ ਉੱਤੇ ਧਿਆਨ ਦੇਵਾਂਗੇ
ਤਦੇ ਆਪਾਂ ਆਪਣੇ ਬੱਚਿਆਂ ਨੂੰ ਗਾਂ ਸਿਖਾ ਸਕਦੇ ਜੀ ਜੀ ਇਹ ਤਾਂ ਗੱਲ ਹੋਈ ਸਕੂਲ ਲੈਵਲ ਦੀ ਉਦਾਂ ਵੀ ਜਦੋਂ ਆਪਾਂ ਸਕੂਲ ਲੈਵਲ ਤੇ ਹੁੰਨੇ ਆ ਤਾਂ ਰੋਜ਼ ਹੀ ਅਸੀਂ ਨੈਸ਼ਨਲ ਐਂਥਮ ਗਾਉਨੇ ਆ ਪ੍ਰੇਅਰ ਦੇ ਵਿੱਚ ਤੇ ਜੇ 15 ਅਗਸਤ 26 ਜਨਵਰੀ ਜਾਂ ਹੋਰ ਵੀ ਕੋਈ ਇਤਿਹਾਸਿਕ ਦਿਨ ਮਨਾਇਆ ਜਾਂਦਾ ਜਾਂ ਦੇਸ਼ ਭਗਤੀ ਦਾ ਦਿਨ ਮਨਾਇਆ ਜਾਂਦਾ ਤਾਂ ਹਰ ਬੱਚੇ ਦੀ ਅਟੈਂਡੈਂਸ ਕੰਪਲਸਰੀ ਹੋ ਜਾਂਦੀ 10ਵੀਂ ਤੱਕ ਤਾਂ ਬੱਚਾ ਆਮ ਚੱਲਦਾ ਜੇ ਉਹ 12ਵੀਂ ਤੱਕ ਵੀ ਸਕੂਲ ਪੜ੍ਹਦਾ ਤਾਂ ਠੀਕ ਹੈ ਪਰ ਜਿੱਦਾਂ ਹੀ ਉਹ ਸਕੂਲ ਤੋਂ ਕਾਲਜ ਲੈਵਲ 'ਤੇ ਪਹੁੰਚਦਾ ਉਸ ਦੇ ਅੰਦਰ ਇਹ ਭਾਵਨਾ ਘੱਟਦੀ ਜਾਂਦੀ ਹੈ ਨਾਲ ਦੇ ਨਾਲ ਉਹ ਇਸ ਚੀਜ਼ ਤੋਂ ਦੂਰ ਹੁੰਦਾ ਜਾਂਦਾ ਜੇ ਉਹ ਦਿਨ ਵੀ ਮਨਾਇਆ ਜਾਂਦਾ ਤਾਂ ਕੋਈ ਇੱਦਾਂ ਨਹੀਂ ਹੁੰਦਾ ਕਿ ਕੰਪਲਸਰੀ ਆ ਤੁਸੀਂ ਆਓ ਜਾਂ ਕੁਛ ਜਾਂ ਕਾਲਜਾਂ ਵਾਲੇ ਅੱਗੇ ਪਿੱਛੇ ਫਾਈਨ ਲਾਉਂਦੇ ਉਦਣ ਫਾਈਨ ਵੀ ਨਹੀਂ ਲਾਉਂਦੇ ਕੀ ਕਹੋਗੇ ਇਹਦੇ 'ਤੇ ਇਹ ਤਾਂ ਢਿੱਲ ਹੈਗੀ ਆ ਹਰ ਇੱਕ ਸਕੂਲਸ ਔਰ ਕਾਲਜਿਸ ਵਗੈਰਾ ਦੀ ਜੀ ਜਿਹੜੀ ਯੂਨੀਵਰਸਿਟੀ 'ਚ ਮੈਂ ਵਾਈਸ ਚਾਂਸਲਰ ਸੀਗਾ ਜੀ ਮੈਂ ਉੱਥੇ 85% ਅਟੈਂਡੈਂਸ ਕੰਪਲਸਰੀ ਕਰਦੀ ਸੀ ਜੀ ਐਂਡ ਪਹਿਲੇ ਸਾਲ ਜੋ ਮੈਂ ਗਿਆ ਕਈ ਬੱਚਿਆਂ ਦੀ 85 ਨਹੀਂ ਸੀਗੀ ਉਦਾਂ 75 ਹੁੰਦੀ ਹੈ ਨਾ ਤੁਸੀਂ 85 ਕਰ ਦਿੱਤੀ 85 ਕਿਉਂਕਿ ਸਾਡਾ ਫਿਜ਼ੀਕਲ ਐਜੂਕੇਸ਼ਨ ਸੀਗਾ ਜੀ 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 ਤੇ ਉਹਦੇ 'ਚ ਤਾਂ ਉੱਥੇ 85 ਬੱਚਿਆਂ ਦੀ ਨਹੀਂ ਸੀ ਤਾਂ ਮੈਂ ਉਹਨਾਂ ਬੱਚਿਆਂ ਨੂੰ ਅਪੀਅਰ ਨਹੀਂ ਕਰਨ ਦਿੱਤਾ ਐਂਡ ਨੈਕਸਟ ਈਅਰ ਆਟੋਮੈਟਿਕਲੀ ਜਿਹੜੀ ਸੀ ਅਟੈਂਡੈਂਸ ਲੈਵਲਸ ਉਹ 90 ਤੋਂ ਉੱਤੇ ਚਲੇ ਗਏ ਸੋ ਤੁਸੀਂ ਇਹ ਤਾਂ ਡਿਪੈਂਡ ਕਰਦਾ ਜਿਹੜੀ ਤੁਹਾਡੀ ਮੈਨੇਜਮੈਂਟ ਹੈਗੀ ਆ ਉਹ ਕਿੱਦਾਂ ਇਸ ਚੀਜ਼ ਨੂੰ ਡੀਲ ਕਰਦੇ ਆ ਪਰ ਤੁਸੀਂ ਜੋ ਕਹਿ ਰਹੇ ਹੋ ਬਿਲਕੁਲ ਸਹੀ ਆ ਕਿ ਆਪਾਂ ਬੱਚਿਆਂ ਨੂੰ ਸਕੂਲ ਦੇ ਬਾਅਦ ਦੂਰ ਹੁੰਦੇ ਦੇਖਦੇ ਹਾਂ ਦੇਸ਼ ਭਗਤੀ ਤੋਂ ਨੇੜੇ ਹੁੰਦੇ ਨਹੀਂ ਦੇਖਦੇ ਅਤੇ ਇੱਕ ਸਾਡੇ ਦਰਸ਼ਕ ਹੋਰ ਨੇ ਜਿਹੜੇ ਕਿ ਤੁਹਾਡੇ ਨਾਲ ਸਵਾਲ ਸਾਂਝਾ ਕਰਨਗੇ ਜੀ ਸਵਾਗਤ ਕਰਦੇ ਹਾਂ ਜੀ ਗੱਲਾਂ ਅਤੇ ਗੀਤ ਵਿੱਚ ਮੈਂ ਜੀ ਬਹੁਤ ਵੱਡਾ ਅੱਛਾ ਦੇਸ਼ ਭਗਤ ਹੈ ਜ਼ਿੰਦਗੀ 'ਚ ਚਾਹੁੰਦਾ ਸੀ ਕਿ ਮੈਂ ਕੁਛ ਬਣਾ ਲਿਖਣ ਮੇਰਾ ਆਪਣੇ ਉੱਤੇ ਦੋ ਲਾਈਨਾਂ ਸਭ ਨੂੰ ਸੁਣਾਓ ਜੀ ਮੇਰਾ ਬਹੁਤ ਲੱਗ ਜਾਏ ਗਲੇ ਬਸ ਇੱਕ ਹੀ ਤਮੰਨਾ ਹੈ ਕਪਨ ਤਿਰੰਗੇ ਕਾ ਮਿਲੇ ਕਪਨ ਤਿਰੰਗੇ ਕਾ ਮਿਲੇ ਜੀ ਔਰ ਇਹ ਬਹੁਤ ਵੱਡੀ ਤਮੰਨਾ ਕਿ ਜਦੋਂ ਵੀ ਇਸ ਦੁਨੀਆਂ ਤੋਂ ਜਾਈਏ ਤਾਂ ਕਫਨ ਤਿਰੰਗੇ ਦਾ ਹੋਵੇ ਇਹ ਜਿਹੜੀ ਦੇਸ਼ ਭਗਤੀ ਦੀ ਭਾਵਨਾ ਔਰ ਸੱਚੀ ਮੁੱਚੀ ਇਹ ਤੇ ਬਹੁਤ ਹੀ ਵੱਡੀ ਇਸ ਤੋਂ ਇੱਛਾ ਵਧੀਆ ਕੋਈ ਹੋਈ ਨਹੀਂ ਦੇ ਵਿਦੇਸ਼ੀ ਝੰਡੇ ਨੇ ਤੇ ਸਾਡੇ ਨੌਜਵਾਨਾਂ ਦੇ ਸਰੀਰ ਲਿਪਟੇ ਨੇ ਵਿੱਚ ਤਿਰੰਗੇ ਦੇ ਤੇ ਉਹਨਾਂ ਦੀ ਤਾਂ ਖੁਦ ਦੀ ਇੱਛਾ ਇਹ ਤਾਂ ਜਿਹੜਾ ਫਲੈਗ ਹੈਗਾ ਨੈਸ਼ਨਲ ਫਲੈਗ ਹੋਵੇ ਚਾਹੇ ਰੈਜੀਮੈਂਟਲ ਫਲੈਗ ਹੋਵੇ ਉਹ ਇੱਕ ਫੌਜੀ ਲਈ ਸਾਇਨ ਤੋਂ ਵੱਡੀ ਚੀਜ਼ ਹੈਗੀ ਹੈ ਵੱਡਾ ਸਨਮਾਨ ਹੈ ਹਾਂਜੀ ਅਸੀਂ ਜਦੋਂ ਜੁਆਇਨ ਕੀਤਾ ਸੀ ਸਾਨੂੰ ਤਿੰਨ ਚੀਜ਼ਾਂ ਸਿਖਾਈਆਂ ਸੀਗੀਆਂ ਉਹ 'ਚ ਸੀ ਨਾਮ ਨਮਕ ਅਤੇ ਨਿਸ਼ਾਨ ਕੀ ਬਾਤ ਹੈ ਨਾਮ ਨਮਕ ਅਤੇ ਨਿਸ਼ਾਨ ਨਾਮ ਮਤਲਬ ਤੁਸੀਂ ਆਪਣਾ ਜਿਹੜੀ ਰੈਪੂਟੇਸ਼ਨ ਹੈਗੀ ਆਪ ਆਪਣੇ ਦੇਸ਼ ਦੀ ਆਪਣੀ ਯੂਨਿਟ ਦੀ ਆਪਣੀ ਰੈਜੀਮੈਂਟ ਦੀ ਆਪਣੀ ਆਰਮੀ ਦੀ ਨਮਕ ਹੈਗਾ ਵੀ ਤੁਸੀਂ ਜਿਹਦਾ ਨਮਕ ਖਾਧਾ ਉਹਦੇ ਲਈ ਤੁਸੀਂ ਜੀ ਕੰਮ ਬਿਲਕੁਲ ਜੀ ਬਿਲਕੁਲ ਨਿਸ਼ਾਨ ਜਿਹੜਾ ਝੰਡਾ ਤੁਹਾਨੂੰ ਸ਼ਾਇਦ ਤੁਸੀਂ ਦੇਖਿਆ ਹੋਣਾ ਪੁਰਾਣੇ ਜ਼ਮਾਨੇ 'ਚ ਜੋ ਲੜਾਈ ਲਈ ਰਾਜੇ ਜਾਂਦੇ ਸੀਗੇ ਤਾਂ ਉਹ ਆਪਣਾ ਝੰਡਾ ਨਾਲ ਲੈ ਕੇ ਜਾਂਦੇ ਤਾਂ ਜਿਹੜਾ ਝੰਡਾ ਜਿਹਨੇ ਉਹਨੇ ਕੈਪਚਰ ਕਰ ਲਿਆ ਉਹ ਦੂਜਾ ਦਾ ਮਤਲਬ ਹਾਰ ਹੋ ਗਈ ਤਾਂ ਝੰਡਾ ਜਿਹੜਾ ਹੈਗਾ ਇਹ ਸਾਡੇ ਲਈ ਤਾਂ ਇੱਕ ਬਹੁਤ ਹੀ ਇੰਪੋਰਟੈਂਟ ਹੈਗਾ ਜਾਂ ਤਾਂ ਝੰਡਾ ਉਹ ਕਹਿੰਦੇ ਮੈਂ ਇਹਨੂੰ ਥੱਲੇ ਝੰਡਾ ਨਹੀਂ ਹੋਣ ਦਊਂਗਾ ਜੇ ਹੋਊਂਗਾ ਤਾਂ ਇਹ 'ਚ ਲਿਪਟ ਕੇ ਜਾਊਂਗਾ ਇਹ ਫੌਜੀ ਦੀ ਤਮੰਨਾ ਹੁੰਦੀ ਬਿਲਕੁਲ ਜੀ ਬਿਲਕੁਲ ਜੀ ਕਹਿੰਦੇ ਨੇ ਕਿ ਜਿੱਤ ਦੇ ਨਿਸ਼ਾਨ ਲਾਏ ਜਾਂਦੇ ਝੰਡੇ ਨਾਲ ਪਹਿਲਾ ਵਾਰ ਕਲਮਾਂ ਦਾ ਦੂਜਾ ਵਾਰ ਡੰਡੇ ਨਾਲ ਅਤੇ ਇਹ ਜਿਹੜਾ ਜਿੱਤ ਦੇ ਨਿਸ਼ਾਨ ਲਾਉਣੇ ਔਰ ਝੰਡੇ ਝੁਲਾਉਣੇ ਇਹ ਵੀ ਉਹੀ ਝੁਲਾ ਸਕਦਾ ਜਿਹਦੇ ਅੰਦਰ ਦੇਸ਼ ਭਗਤੀ ਦਾ ਜਜ਼ਬਾ ਹੋਵੇ ਇਹ ਝੰਡੇ ਝੁਲਾਉਣ ਵਾਲਾ ਜਿਹੜਾ ਦੇਸ਼ ਭਗਤੀ ਦਾ ਜਜ਼ਬਾ ਸਾਡੇ ਨੌਜਵਾਨ ਬੱਚਿਆਂ ਦੇ ਵਿੱਚ ਅਸੀਂ ਪੈਦਾ ਕਰੀਏ ਉਹਨਾਂ ਨੂੰ ਚੰਗੇ ਨਾਗਰਿਕ ਬਣਾਈਏ ਇਹਦੇ ਵਾਸਤੇ ਕੀ ਕਰਨਾ ਪਏਗਾ ਸਾਨੂੰ ਦੇਖੋ ਜੀ ਸਾਰਿਆਂ ਤੋਂ ਪਹਿਲਾਂ ਤਾਂ ਆਪਾਂ ਇਹ ਦੇਖੀਏ ਵੀ ਇਹ ਭਾਵਨਾ ਜਿਹੜੀ ਹੈਗੀ ਆ ਪਹਿਲਾਂ ਜ਼ਿਆਦਾ ਸੀ ਜਾਂ ਹੁਣ ਜ਼ਿਆਦਾ ਹੈ ਇਹਦੇ ਵਿੱਚ ਪਹਿਲਾਂ ਜਦੋਂ ਅਸੀਂ ਜੁਆਇਨ ਕੀਤਾ ਸੀ ਆਰਮੀ ਉਦੋਂ ਸਾਨੂੰ ਸਿਰਫ ਸੀਗਾ ਮੈਂ ਸੈਨਿਕ ਸਕੂਲ ਕਪੂਰਥਲਾ ਦਾ ਪੜ੍ਹਿਆ ਹੋਇਆ ਜੀ ਅਸੀਂ ਸਿਰਫ ਕਿਹਾ ਅਸੀਂ NDA ਹੀ ਜਾਣਾ ਅਸੀਂ ਹੋਰ ਕੋਈ ਨਹੀਂ ਕਰਨਾ ਸਾਡਾ ਉਦੋਂ ISC ਹੁੰਦਾ ਸੀ ਐਗਜ਼ਾਮ ਅਸੀਂ ਕਿ ISC ਐਗਜ਼ਾਮ ਲਈ ਬੈਠਾਂਗੇ ਪਰ ਅਸੀਂ ਜਾਣਾ NDA ਹੀ ਆ ਸਾਡੀ ਇੱਕ ਅਲੱਗ ਕਲਾਸ ਪੜ੍ਹਾਤੀ ਉਹਨਾਂ ਐਂਡ ਉਹਦੇ ਵਿੱਚ ਮਜੋਰਿਟੀ ਜਿਹੜੇ ਬੱਚੇ ਸੀਗੇ ਉਹ ਸਾਰੇ NDA ਵਾਲੀ ਕਲਾਸ 'ਚ ਆ ਗਏ ਪਰ ਅੱਜ ਕੱਲ੍ਹ ਤੁਸੀਂ ਦੇਖੋ ਜਿਹੜੀ ਆਰਮੀ ਦੀ ਚੋਇਸ ਹੈਗੀ ਆਰਮਡ ਫੋਰਸਿਸ ਦੀ ਚੋਇਸ ਹੈਗੀ ਆ ਉਹ 9th ਜਾਂ 10th ਦਰਜੇ 'ਤੇ ਪਹੁੰਚ ਗਈ ਆ ਉਸ ਵੇਲੇ ਆਪਸ਼ਨਸ ਹੀ ਘੱਟ ਸੀਗੀਆਂ ਔਰ ਉਸ ਟਾਈਮ ਆਪਣੇ ਦੇਸ਼ ਦੀ ਜਿਹੜਾ ਦੇਸ਼ ਦਾ
ਜਜ਼ਬਾ ਸੀਗਾ ਦੇਸ਼ ਬਾਰੇ ਉਹ ਬਹੁਤ ਜ਼ਿਆਦਾ। ਕਹਿਣ ਦਾ ਮਤਲਬ ਕਿ ਉਸ ਵੇਲੇ ਦੇਸ਼ ਭਗਤੀ ਦਾ ਜਜ਼ਬਾ ਜ਼ਿਆਦਾ ਸੀ, ਅੱਜ ਥੋੜ੍ਹਾ ਜਿਹਾ ਕਿਤੇ ਕਿ ਹਲੂਣਾ ਵੱਜਾ। ਅਤੇ ਅਸੀਂ ਜਿਵੇਂ ਤੁਸੀਂ ਦੱਸਿਆ ਕਿ ਸਾਡੀ ਜਿਹੜੀ ਕਿ ਪਸੰਦ ਆ ਆਰਮੀ ਉਹ ਹੇਠਾਂ ਜਾ ਰਹੀ ਹੈ, ਪਰ ਅਸੀਂ ਇਸ ਨੂੰ ਉੱਪਰ ਲੈ ਕੇ ਆਉਣਾ, ਕਿਉਂਕਿ ਜੇਕਰ ਸਾਡੇ ਵੀਰ ਜਵਾਨ ਹੋਣਗੇ ਤਾਂ ਹੀ ਅਸੀਂ ਅੱਗੇ ਵਧਾਂਗੇ। ਮੇਜਰ ਸਾਹਿਬ, ਐਨ ਸੀ ਸੀ ਦੇਸ਼ ਭਗਤੀ ਕਿਵੇਂ ਜੋੜਦੀ ਹੈ? ਐਨ ਸੀ ਸੀ ਦੇਸ਼ ਭਗਤੀ ਦੇ ਨਾਲ ਸਦਾ ਲਈ ਜੋੜ ਦਿੰਦੀ ਹੈ। ਮੈਂ ਸੁਣਿਆ ਜੋ ਫੌਜ ਵੀ ਨਾ ਬੰਦਾ ਜੁਆਇਨ ਕਰੇ, ਫਿਰ ਵੀ ਬੰਦੇ ਦੇ ਅੰਦਰ ਦੇਸ਼ ਭਗਤੀ ਰਹਿੰਦੀ ਹੈ ਐਨ ਸੀ ਸੀ ਤੋਂ ਬਾਅਦ। ਬਿਲਕੁਲ ਜੀ, ਐਨ ਸੀ ਸੀ ਦਾ ਬਹੁਤ ਅੱਛਾ ਰੋਲ ਹੈਗਾ ਜੀ। ਬੇਸਿਕਲੀ ਇਹਨਾਂ ਦਾ ਜਿਹੜਾ ਮੁੱਦਾ ਹੈਗਾ ਉਹ ਇਹ ਹੈ ਕਿ ਬੱਚਿਆਂ ਦੇ ਅੰਦਰ ਡਿਸਿਪਲਿਨ ਪੈਦਾ ਕਰਨਾ ਜੀ, ਉਹਨਾਂ ਦੇ ਬ੍ਰਦਰਹੁੱਡ, ਉਹਨਾਂ ਦੇ ਕਰੈਕਟਰ 'ਚ ਫਰਕ ਪਾਉਣਾ, ਅਤੇ ਉਹਨਾਂ ਦੇ ਸਪਿਰਿਟ ਆਫ ਐਡਵੈਂਚਰ ਜਿਹੜੀ ਹੈਗੀ ਆ ਉਹ ਇਨਕਲਕੇਟ ਕਰਨੀ ਜੀ। ਜੀ, ਤਾਂ ਇੱਕ ਵਾਰੀ ਬੱਚੇ ਜਿਹੜੇ ਐਨ ਸੀ ਸੀ ਦੇ ਥਰੂ ਹੋ ਜਾਂਦੇ ਆ ਉਹ ਲਾਈਫ ਟਾਈਮ ਲਈ ਉਹਨਾਂ 'ਚ ਜਿਹੜਾ ਡਿਸਿਪਲਿਨ ਹੈਗਾ, ਚੱਲਣ ਦਾ ਤੌਰ ਤਰੀਕਾ ਹੈਗਾ, ਸੋਚਣ ਦਾ, ਉਹ ਸਾਰਾ ਇਨਕਲਕੇਟ ਹੋ ਜਾਂਦਾ ਜੀ। ਅਤੇ ਜੇਕਰ ਅਸੀਂ ਗੱਲ ਕਰਦੇ ਹਾਂ ਆਪਣੀ ਦੇਸ਼ ਦੀ ਆਰਮੀ ਦੀ, ਤਿੰਨ ਸਾਡੀਆਂ ਸੈਨਾਵਾਂ ਨੇ, ਔਰ ਇਹ ਇਹ ਜਿਹੜੀਆਂ ਸੈਨਾਵਾਂ ਨੇ ਇਹ ਸਾਡੇ ਵਿੱਚ ਦੇਸ਼ ਭਗਤੀ ਦੀ ਭਾਵਨਾ ਕਿਵੇਂ ਭਰਦੀਆਂ ਨੇ? ਇਹ ਜਿੱਦਾਂ ਮੈਂ ਤੁਹਾਨੂੰ ਅੱਗੇ ਦੱਸਿਆ ਸੀਗਾ ਵੀ ਸਾਡੀ ਜਿਹੜੀ ਟ੍ਰੇਨਿੰਗ ਹੈਗੀ ਆ, ਇਹ ਟ੍ਰੇਨਿੰਗ ਦੇ ਵਿੱਚ ਹੀ ਤੁਸੀਂ ਸਡਨਲੀ ਦੇਖਦੇ ਹੋਣੇ ਆ ਕਿ ਬੱਚਾ ਇੱਕ ਸਕੂਲ 'ਚੋਂ ਗਿਆ ਐਂਡ ਜਦੋਂ ਯੂਨਿਟ ਜੁਆਇਨ ਕਰਦਾ ਐਜ਼ ਏ ਲੈਫਟੀਨੈਂਟ, ਉਹਨੂੰ ਜਾਂਦੇ ਹੀ ਕਸ਼ਮੀਰ 'ਚ ਜਾਂ ਨੌਰਥ ਈਸਟ ਵਿੱਚ ਮਿਲੀਟੈਂਟਸ ਜਾਂ ਟੈਰਰਿਸਟ ਨਾਲ ਮੁਠਭੇੜ ਕਰਨ ਲਈ ਭੇਜ ਦਿੱਤਾ ਜਾਂਦਾ, ਉਹ ਸਡਨਲੀ ਉਹ 'ਚ ਜਜ਼ਬਾ ਕਿੱਦਾਂ ਪੈਦਾ ਹੋ ਜਾਂਦਾ। ਇਹ ਜਿਹੜੀ ਟ੍ਰੇਨਿੰਗ ਹੈਗੀ ਆ, ਟ੍ਰੇਨਿੰਗ ਅਕੈਡਮੀਜ਼ ਦੇ ਅੰਦਰ ਉਹ ਇੱਕ ਦੂਜੇ ਦੇ ਲਈ ਜੀਣਾ ਸਿਖਾਉਂਦੇ ਆ, ਇੱਕ ਦੂਜੇ ਦੀ ਜਿਹੜੀ ਕਮਰਾਡਰੀ ਹੈਗੀ ਆ ਉਹ 'ਚ ਇੱਕ ਦੂਜੇ ਨੂੰ ਕਿਵੇਂ ਸਪੋਰਟ ਕਰਨਾ, ਅਤੇ ਉਹ ਜਦੋਂ ਤੁਸੀਂ ਇੱਕ ਟੀਮ ਲਈ ਕਰਨ ਲੱਗ ਪੈਂਦੇ ਆ ਫਿਰ ਟੀਮ ਤੋਂ ਵੱਧ ਕੇ ਤੁਹਾਡਾ ਯੂਨਿਟ ਹੋ ਜਾਂਦੀ ਹੈ, ਯੂਨਿਟ ਤੋਂ ਵੱਧ ਕੇ ਰੈਜੀਮੈਂਟ ਹੋ ਜਾਂਦੀ ਹੈ, ਉਦੋਂ ਬਾਅਦ ਦੇਸ਼ ਆ ਜਾਂਦਾ। ਸੋ ਆਟੋਮੈਟਿਕਲੀ ਜੋ ਤੁਸੀਂ ਆਪਣੀ ਟੀਮ ਲਈ ਕਰਦੇ ਆ ਕੰਮ ਤਾਂ ਉਹ ਗਾਹਾਂ ਐਡ ਹੋ ਕੇ ਉਹ ਤੁਹਾਡਾ ਦੇਸ਼ ਲਈ ਕੰਮ ਹੋ ਜਾਂਦਾ। ਅਤੇ ਫਿਜ਼ੀਕਲ ਐਜੂਕੇਸ਼ਨ ਸਪੋਰਟਸ ਦੇਸ਼ ਭਗਤੀ ਦੇ ਨਾਲ ਕਿਵੇਂ ਜੋੜਦਾ? ਸਪੋਰਟਸ ਜਿਹੜੀ ਹੈਗੀਆਂ ਸਪੈਸ਼ਲੀ ਆ ਟੀਮ ਗੇਮਸ ਹੈਗੀਆਂ, ਉਹਦੇ 'ਚ ਟੀਮ ਸਪਿਰਿਟ, ਇੱਕ ਦੂਜੇ ਦਾ ਸੈਲਫਿਸ਼ ਐਟੀਟਿਊਡ ਨਾ ਹੋਣਾ। ਜਦੋਂ ਤੁਸੀਂ ਇੱਕ ਲੈ ਕੇ ਬਾਲ ਦੂਜੇ ਨੂੰ ਪਾਸ ਕਰਦੇ ਉਹ ਗੋਲ ਕਰਦਾ ਅਤੇ ਕ੍ਰੈਡਿਟ ਤਾਂ ਗੋਲ ਵਾਲੇ ਨੂੰ ਮਿਲਦਾ, ਪਰ ਤੁਸੀਂ ਸਪੋਰਟ ਕੀਤਾ। ਇੱਕ ਦਰਸ਼ਕ ਵੀ ਤੁਹਾਡੇ ਨਾਲ ਆਪਣਾ ਸਵਾਲ ਸਾਂਝਾ ਕਰਨਗੇ ਜੀ। ਸਵਾਗਤ ਕਰਦੇ ਹਾਂ ਜੀ ਗੱਲਾਂ ਤੇ ਗੀਤ ਵਿੱਚ। ਹੈਲੋ ਜੀ, ਸਰ ਚਰਨਜੀਤ ਜੋਗੀ ਜੀ ਔਰ ਮੈਡਮ ਔਰ ਆਏ ਹੋਏ ਮਹਿਮਾਨ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਮੈਂ ਅੱਜ ਦੇ ਮੁੱਦੇ ਤੇ ਕਹਿਣਾ ਚਾਹੁੰਦਾ ਕਿ ਹਮਾਰੇ ਜੋ ਦੇਸ਼ ਕੇ ਜਵਾਨ ਹੈ ਔਰ ਕਿਸਾਨ ਹੈ, ਹਮਕੋ ਉਨਸੇ ਸੀਖ ਲੈਣੀ ਚਾਹੀਏ ਔਰ ਜੋ ਕਰ ਰਹੇ ਹੈ ਹਮਕੋ ਉਨਕੇ ਨਕਸ਼ੇ ਕਦਮ ਪੇ ਚਲਤੇ ਹੋਏ ਉਨਕਾ ਸਾਥ ਦੇਣਾ ਚਾਹੀਏ। ਔਰ ਜੈਸੇ ਹਮਾਰੇ ਦੇਸ਼ ਮੇ ਭ੍ਰਿਸ਼ਟਾਚਾਰ ਹੈ, ਉਹ ਹਮਾਰੇ ਲਈ ਇਤਨਾ ਕੁਛ ਕਰਤੇ ਔਰ ਹਮਕੋ ਉਨਸੇ ਸੀਖ ਲੈ ਕੇ ਕੁਛ ਨਾ ਕੁਛ ਸੋਚਣਾ ਚਾਹੀਏ ਜੀ। ਆਜ ਕੇ ਮੁੱਦੇ ਕੇ ਲੀਏ ਆਪਕਾ ਬਹੁਤ ਅੱਛਾ ਥਾ, ਮੁਝੇ ਉਸਮੇ ਬਹੁਤ ਖੁਸ਼ੀ ਹੋਈ। ਸ਼ੁਕਰੀਆ ਜੀ, ਸ਼ੁਕਰੀਆ ਜੀ। ਦੇਸ਼ ਦੇ ਜਵਾਨਾਂ ਤੋਂ, ਦੇਸ਼ ਦੇ ਕਿਸਾਨਾਂ ਤੋਂ ਜ਼ਿੰਦਗੀ ਦਾ ਗੁਣ ਸਿੱਖਣਾ ਚਾਹੀਦਾ, ਕੀ ਕਹੋਗੇ ਤੁਸੀਂ? ਨਹੀਂ ਬਿਲਕੁਲ ਜੀ, ਪਹਿਲਾਂ ਤਾਂ ਆਪਸ਼ਨਸ ਹੀ ਇਹ ਸੀਗੀਆਂ, ਜਦੋਂ ਜਿਹੜਾ ਕਿਸਾਨ ਸੀਗੇ ਉਹਨਾਂ ਦੇ ਬੱਚੇ ਹੀ ਫੌਜ ਵਿੱਚ ਜ਼ਿਆਦਾ ਜਾਂਦੇ ਹੁੰਦੇ ਸੀ ਜੀ, ਕਿਉਂਕਿ ਦੋਨ ਹਾਰਡ ਵਰਕ ਜਿਹੜਾ ਹੈਗਾ ਮਿਹਨਤ ਕਰਨ ਦਾ ਉਹ ਕਿਸਾਨ ਦੇ ਵਿੱਚ ਵੀ ਕਾਬਲੀਅਤ ਹੈਗੀ ਆ, ਅਤੇ ਉਹੀ ਹਾਰਡ ਵਰਕ ਜਿਹੜਾ ਹੈਗਾ ਉਹ ਆਰਮੀ ਦੇ ਵਿੱਚ ਕਰ, ਹਾਰਡ ਟ੍ਰੇਨਿੰਗ ਵੀ ਹੈ, ਹਾਰਡ ਟ੍ਰੇਨਿੰਗ ਆ, ਤਾਂ ਜਿਹੜਾ ਹਾਰਡੀ ਬੰਦੇ ਹੈਗੇ ਆ ਉਹੀ ਇੱਦਾਂ ਦੇ ਕੰਮ ਕਰ ਸਕਦੇ ਆ, ਅਤੇ ਇਸ ਕਰਕੇ ਕਿਸਾਨ ਅਤੇ ਐਨ ਦੋਨੋਂ ਹੀ ਕੰਟਰੀਬਿਊਟ ਕਰਦੇ ਆ ਜੀ ਤਾਂ ਆਪਣੀ ਦੇਸ਼ ਭਗਤੀ ਦੇ, ਮਤਲਬ ਬਹੁਤ ਜ਼ਿਆਦਾ ਕੰਟਰੀਬਿਊਸ਼ਨ ਹੈਗੀ ਦੋਨਾਂ ਦੀ ਜੀ। ਅਤੇ ਜੇਕਰ ਹੁਣ ਗੱਲ ਕੀਤੀ ਜਾਵੇ ਜਾਂਦੇ ਕਿਉਂਕਿ ਇਹ ਦੇਸ਼ ਭਗਤੀ ਦਾ ਰਾਹ, ਤੁਹਾਨੂੰ ਕੀ ਲੱਗਦਾ ਇਹ ਔਖਾ ਹੈ ਰਾਹ ਕਿ ਜਿਹੜੇ ਲੋਕ ਇੱਧਰੋਂ ਤੁਰਨੋਂ ਹਟ ਗਏ ਨੇ? ਨਹੀਂ ਔਖਾ ਨਹੀਂ ਗਾ ਜੀ, ਇਹਦੇ ਵਿੱਚ ਸਿਰਫ ਪੈਣ ਦੀ ਜ਼ਰੂਰਤ ਹੈਗੀ। ਇੱਕ ਵਾਰੀ ਤੁਸੀਂ ਇਹ 'ਚ ਪੈ ਜਾਓਗੇ ਫਿਰ ਤੁਹਾਨੂੰ ਇਹਦਾ ਨਸ਼ਾ ਹੋ ਜਾਂਦਾ ਜੀ, ਤਾਂ ਫਿਰ ਤੁਹਾਨੂੰ ਜਦੋਂ ਇਹਦੀਆਂ ਲੋਕ ਤੁਹਾਨੂੰ ਉਹਦੀ ਸਪੋਰਟ ਕਰਦੇ ਆ ਜੀ, ਫਿਰ ਇਹਦੂ ਵੱਡੀ ਕੋਈ ਸੈਟਿਸਫੈਕਸ਼ਨ ਹੈ ਹੀ ਨਹੀਂ ਲਾਈਫ ਦੇ ਵਿੱਚ, ਤਾਂ ਇਹ ਤੁਹਾਨੂੰ ਆਪਣੇ ਆਪ ਅੱਗੇ ਤੋਂ ਅੱਗੇ ਲਈ ਜਾਊਗਾ ਜੀ। ਮਾਣ ਤਾਣ ਜਦੋਂ ਮਿਲਦਾ, ਬਿਲਕੁਲ, ਜਦੋਂ ਦੇਸ਼ ਵੱਲੋਂ ਵੀ ਪਿਆਰ ਮਿਲਦਾ, ਹਰ ਪਾਸਿਓਂ ਪਿਆਰ ਮਿਲਦਾ, ਤੇ ਨਾਲ ਦੇ ਨਾਲ ਇੱਕ ਹੋਰ ਚੀਜ਼ ਆ ਜਾਂਦੀ, ਪਿਆਰ ਮਾਣ ਸਨਮਾਨ ਪੈਸਾ ਆ ਜਾਂਦਾ ਵਿਚਕਾਰ। ਬਹੁਤ ਜਣੇ ਅੱਜ ਕੱਲ੍ਹ ਜੋਬ ਇਸ ਲਈ ਲੱਭ ਰਿਹਾ ਕਿ ਉਹਨਾਂ ਨੂੰ ਪੈਸਾ ਕਿੱਥੋਂ ਆਊਗਾ, ਕਿਤੇ ਨਾ ਕਿਤੇ ਜ਼ਿਆਦਾ ਪਦਾਰਥਵਾਦੀ ਹੋਣਾ ਵੀ ਸਾਨੂੰ ਦੇਸ਼ ਭਗਤੀ ਤੋਂ ਦੂਰ ਕਰ ਗਿਆ। ਹਾਂਜੀ, ਇਹ ਤਾਂ ਹੈਗਾ ਹੀ ਆ ਜੀ, ਪਰ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਆਰਮੀ ਦੇ ਵਿੱਚ ਇਸ ਵੇਲੇ
काफ़ी अच्छी पे स्केल्स है गया जेड़े कि लोग इस चीज़ को समझते नहीं ये उदू इलावा जी थी पे जी बैंक के आँदी है यद इलावा तू कैंटीन की फैसिलिटीज़ है मैडिकल फैसिलिटीज़ है तो होर बहुत सारिया फैसिलिटीज़ है जिड़िया कि पे दे लोग काउंट ही नहीं करते वो बहुत तो इस करके पैसा जरूर इंपॉर्टेंट हैगा पर पैसा ही नहीं इंपॉर्टेंट यानी कि पैसा बहुत कुछ है पर सब कुछ पैसा नहीं कुछ देश भी है जिवें तुसीं शुरुआत विच ही कहा सी कि पहला ये प्यार भी हुंदा है और एक तरफा भी हुंदा है और इस करके देशभगती दे राह ते तुरना और ये जिहड़े निशाने आ निशाने मिथ के चलना और निशानिया की पूर्ति करनी ये देशभगती दे बारे इस की कहोगे तुसीं सानू ज फौज दे विच एक चीज़ सिखाई जाती है कि सारों तो पहला एम देखो एम जिहड़ा कि मुद्दा की है जी जो तुसीं मुद्दा देख लिया उदों बाद तुहानूं अपने आप उहदे लई की चाहीदा किद्दां करना वो तुहाडी खुद की जिम्मेवारी हैगी है ये नहीं भी जे तुहानूं एम मिल गया उदों बाद तुसीं कहो भी आह नहीं हो सकता आह नहीं हो सकता उदों बाद तुहानूं अपने आप उहदे लई वेर विदौल लभणा पऊगा तां कि तुसीं उस नूं उस अपने निशाने ते पहुँच सको मीडिया की जे मैं गल करां मीडिया की पॉजिटिविटी देशभगती नूं लैके मीडिया का रोल नौजवानों नूं देशभगती दे विच खिंचण नूं लैके क्योंकि कई बार हुंदा है कि कुछ मीडिया सिर्फ देश दीआं नैगेटिव चीज़ां नूं हाईलाइट करदा पॉजिटिव चीज़ां कितें ना कितें लुक जांदीआं ने शायद जिहड़े लोग पैसा कमाउण दा जरिया समझदे ने की कहोगे उहदे ते नहीं बिल्कुल जी मीडिया दा बहुत बड़ा रोल हैगा आ उहदे विच जे मीडिया पॉजिटिव न्यूज़ दिंदे आ मीडिया हाईलाइट उस चीज़ां नूं करदे आ वी जिहदे नाल तुसीं कंट्रीब्यूट करदे आ नेशन दे वल तो ऑटोमैटिकली जो लोग है उस चीज़ को देखते हैं तो वह ही प्रभाव पैदा मीडिया हर एक घर च पहुँच जाता है हर एक हाँ जी बिल्कुल जी ये देशभगती की भावना साढ़े सारे बच्चों के इस तरह भरी रहे यही साडा इरादा सी अज्ज दे इस प्रोग्राम का तुसीं साडे इस प्रोग्राम दे विच आए तुहाडा बहुत बहुत धन्यवाद थैंक यू शुक्रिया जी